ਤੇ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਨਿਊ ਈਅਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ। ਅਤੇ ਅੱਜ ਆਪਾਂ ਬਣਾਉਣ ਲੱਗੇ ਹਾਂ ਬਾਰਬੀਕਿਊ ਅਤੇ ਚਾਂਪਾਂ ਐਂਡ ਪਨੀਰ। ਅਤੇ ਅੱਜ ਮੇਰੇ ਪੁਰਾਣੇ ਯਾਰ ਮੇਰੇ ਨਾਲ ਆ, ਅਤੇ ਜਿਹੜੇ ਚੈਨਲ 'ਤੇ ਨਵੇਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਚੈਨਲ ਨੂੰ। ਅਤੇ ਆਪਾਂ ਚੱਲਦੇ ਹਾਂ ਪਹਿਲਾਂ ਸਮਾਨ ਸਮੂਨ ਲਿਆਉਣ, ਟਾਈਮ ਵਾਵਾ ਹੋ ਚੁੱਕਿਆ, ਇਹ ਨਾ ਹੋ ਜਾਵੇ ਹਨੇਰਾ ਹੋ ਜਾਵੇ ਸਾਡੇ ਆਉਂਦਿਆਂ ਨੂੰ। ਅਤੇ ਆਪਾਂ ਸਮਾਨ ਸਮੂਨ ਲੈ ਕੇ ਆਉਂਦੇ ਹਾਂ, ਅਤੇ ਫਿਰ ਆਪਾਂ ਬਣਾਉਂਦੇ ਹਾਂ ਚਾਂਪਾਂ ਅਤੇ ਪਨੀਰ। ਅਤੇ ਉਹ ਤੋਂ ਬਾਅਦ ਜਾਣਾ ਆਪਾਂ ਰਾਤੀ ਦਰਬਾਰ ਸਾਹਿਬ ਵੀ, ਹੈ ਨਾ। ਦਰਬਾਰ ਸਾਹਿਬ ਜਾਣਾ ਵਾ ਕਿਉਂਕਿ ਨਵਾਂ ਸਾਲ ਤੁਹਾਨੂੰ ਪਤਾ ਆ ਗਿਆ। ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਹੈਪੀ ਨਿਊ ਈਅਰ, ਕਿਉਂਕਿ ਇਹ ਵਲੋਗ ਤੁਸੀਂ ਨਿਊ ਈਅਰ 'ਤੇ ਦੇਖਣਾ ਵਾ। ਅਤੇ ਆਪਾਂ ਰਾਤੀ ਦਰਬਾਰ ਸਾਹਿਬ ਜਾ ਕੇ ਉੱਥੋਂ ਦਾ ਵੀ ਤੁਹਾਨੂੰ ਸਾਰਾ ਨਜ਼ਾਰਾ ਦਿਖਾਵਾਂਗੇ। ਅਤੇ ਚਲੋ ਪਹਿਲਾਂ ਆਪਾਂ ਸਮਾਨ ਲੈਣ ਚੱਲਦੇ ਹਾਂ। ਹੁਣ ਆਪਾਂ ਆਏ ਹਾਂ ਚਾਂਪਾਂ ਲੈਣ, ਇੱਕ ਸ਼ੋਪ ਹੈਗੀ ਆ ਅੰਮ੍ਰਿਤਸਰ 'ਚ, ਉੱਥੇ ਆਏ ਹਾਂ ਆਪਾਂ 150 ਰੁਪਏ ਦੀਆਂ ਚਾਂਪਾਂ ਲੈਣ ਆਏ ਹਾਂ। 150 ਰੁਪਏ ਦੀਆਂ ਲੈਣ ਆਏ ਹਾਂ ਆਪਾਂ। ਹੁਣ ਚਾਂਪਾਂ ਲੈ ਲਈਆਂ ਹੋਈਆਂ ਵਾ। ਹੁਣ ਆਪਾਂ ਲੈਣ ਆਏ ਹਾਂ ਕੁਲਚੇ, ਜਿਹੜੇ ਆਪਾਂ ਚਾਂਪਾਂ ਨਾਲ ਖਾਵਾਂਗੇ। ਕੁਲਚੇ ਵੀ ਆਪਾਂ ਲੈ ਲਏ ਆ, ਅਤੇ ਹੁਣ ਕੀ ਰਹਿ ਗਿਆ ਆਪਣਾ? ਪਨੀਰ ਰਹਿ ਗਿਆ ਵਾ, ਅਤੇ ਬਾਕੀ ਕੋਲੇ ਰਹਿ ਗਏ ਆਪਣੇ ਲੈਣ ਵਾਲੇ। ਹੁਣ ਕੋਲੇ ਲੈ ਕੇ ਅਤੇ ਫਿਰ ਆਪਾਂ ਜਾਂਦੇ ਘਰੇ, ਅਤੇ ਤੁਹਾਨੂੰ ਪਤਾ ਇਹ ਕੋਲਿਆਂ ਵਾਲਾ ਪ੍ਰੋਸੈਸ ਬੜਾ ਲੰਬਾ ਜਾਂਦਾ। ਅਤੇ ਚਲੋ ਆਪਾਂ ਚੱਲਦੇ ਹਾਂ, ਪਹਿਲਾਂ ਸਮਾਨ ਸਮੂਨ ਸਾਰਾ ਰੈਡੀ ਕਰੀਏ। ਅਤੇ ਹੁਣ ਪਨੀਰ ਵੀ ਲੈ ਲਿਆ ਅਤੇ ਦੁੱਧ ਵੀ ਲੈ ਲਿਆ। ਦੁੱਧ ਆਪਾਂ ਤਾਂ ਲਿਆ ਕਿਉਂਕਿ ਕੌਫੀ ਬਣਾਉਣ ਵਾਸਤੇ, ਠੰਡ ਬੜੀ ਆ ਨਾ ਤਾਂ ਕਰਕੇ। ਅਤੇ ਆਪਾਂ ਇੰਨਾ ਕੁ ਸਮਾਨ ਲੈ ਕੇ ਆਏ ਹਾਂ, ਅਤੇ ਆਹ ਅਮਨ ਨੇ ਪਲੇਟਾਂ ਪਤਾ ਨਹੀਂ ਕਿੱਥੋਂ ਕੱਢੀਆਂ, ਕਹਿੰਦਾ ਇਹ 'ਚ ਪਾ ਕੇ ਖਾਵਾਂਗੇ। ਹੋਟ ਕੌਫੀ ਬਣਾਵਾਂਗੇ, ਠੰਡ ਬੜੀ ਆ ਅਤੇ ਇਸ ਲਈ ਹੋਟ ਕੌਫੀ ਵੀ ਬਣਾਵਾਂਗੇ ਆਪਾਂ। ਹੁਣ ਆਪਾਂ ਸਾਰਾ ਸਮਾਨ ਕੋਠੇ 'ਤੇ ਲੈ ਆਉਂਦਾ ਵਾ, ਅਤੇ ਇੱਧਰ ਸਾਡਾ ਚੱਲਣ ਦਿਆ ਕੋਲੇ ਬਾਲਣ ਦਾ ਪ੍ਰੋਸੈਸ। ਅਤੇ ਹੁਣ ਆਪਾਂ ਪਹਿਲਾਂ ਚਾਂਪਾਂ ਕੱਢ ਕੇ ਇੱਕ ਭਾਂਡੇ 'ਚ ਪਾਈਏ। ਗੁਰਪ੍ਰੀਤ ਥੋੜ੍ਹਾ ਜਿਹਾ ਹੋਰ ਸਮਾਨ ਲੈਣ ਗਿਆ ਵਾ ਆਉਣ ਵਾਲਾ ਸੀ। ਕੀ ਅਤੇ ਹੁਣ ਆਪਾਂ ਕੋਲੇ ਨੂੰ ਬਾਲਦੇ ਪਏ ਹਾਂ, ਆਹ ਵੀਰ ਬਾਲਣ ਦਿਆ ਸਾਡਾ। ਅਤੇ ਉੱਧਰ ਮੈਂ ਕਰਦਾ ਪਿਆ ਵਾਂ ਚਾਂਪਾਂ ਦਾ ਕੰਮ। ਅਤੇ ਇਹ ਆਪਾਂ ਦੋ ਫਲੇਵਰ ਲਿਆਉਂਦੇ ਆ ਚਾਂਪਾਂ ਦੇ, ਇੱਕ ਆਹ ਵਾ ਅਤੇ ਇੱਕ ਆਹ ਵਾ। ਇੱਥੇ ਸਭ ਮੈਰੀਨੇਟ ਹੋਇਆ ਹੋਇਆ ਵਾ, ਬਸ ਇਹਨੂੰ ਆਪਾਂ ਸੀਖਾਂ 'ਚ ਪਾਉਣਾ। ਅਤੇ ਯਾਰ ਕੋਲੇ ਆਪਣੇ ਬਲ ਕੇ ਪੂਰੇ ਰੈਡੀ ਹੋ ਚੁੱਕੇ ਆ, ਅਤੇ ਹੁਣ ਆਪਾਂ ਸਭ ਕੁਛ ਕਰੀਏ, ਇਹਨੂੰ ਸੀਖਾਂ 'ਚ ਪਾਉਂਦੇ ਚਾਂਪਾਂ ਨੂੰ। ਆ ਗਿਆ ਵਾ, ਅਤੇ ਹੁਣ ਆਪਾਂ ਇਹਦੀ ਕਟਿੰਗ ਕਰਦੇ ਪਏ ਹਾਂ, ਅਤੇ ਉਸ ਤੋਂ ਬਾਅਦ ਇਹਨੂੰ ਆਪਾਂ ਪਾਉਂਦੇ ਹਾਂ ਸੀਖਾਂ 'ਚ। ਬਾਕੀ ਕੋਈ ਪਤਾ ਨਹੀਂ ਆ ਕਿਵੇਂ ਬਣੂਗੇ, ਤੁਸੀਂ ਦੇਖ ਹੀ ਸਕਦੇ ਜੇ। ਅਤੇ ਹੁਣ ਆਪਾਂ ਸੀਖਾਂ 'ਚ ਪਾਉਂਦੇ ਇੱਦਾਂ, ਅਤੇ ਇਹ ਫਲੇਵਰ ਹੋ ਰਿਹਾ ਚਾਂਪ ਦਾ, ਅਤੇ ਆਹ ਵਾਲਾ ਜਿਹੜਾ ਵਾ ਨਾ ਆਹ ਫਲੇਵਰ ਹੋ ਰਿਹਾ। ਇੱਧਰ ਦਿਖਾਓ, ਆਹ ਵਾਲਾ ਨਾ ਆਹ ਫਲੇਵਰ ਹੋ ਰਿਹਾ। ਅਤੇ ਹੁਣ ਆਪਾਂ ਸੀਖ 'ਚ ਪਾ ਦਿੱਤੀਆਂ ਵਾ, ਅਤੇ ਹੁਣ ਆਪਾਂ ਚੱਲਦੇ ਹਾਂ ਉੱਧਰ। ਅਤੇ ਸਾਨੂੰ ਪੱਖੀ ਲੱਭੀ ਨਹੀਂ ਹੈ, ਅਤੇ ਆਪਾਂ ਇਹਦੇ ਨਾਲ ਹੀ ਕਰਦੇ ਪਏ ਹਾਂ ਗੱਲ। ਅਤੇ ਆਹ ਤੁਸੀਂ ਦੇਖ ਸਕਦੇ ਹੁਣ ਥੋੜ੍ਹੀ ਗੱਲ ਬਣੀ ਆ, ਸਿਆਣੇ ਬੰਦੇ ਦੀ ਗੱਲ ਨਹੀਂ ਨਾ ਸੁਣਦੇ। ਅਤੇ ਹੁਣ ਇੱਧਰ ਵੀ ਪਨੀਰ ਜਿਹਾ ਲੱਗਣ ਦਿਆ ਵਾ, ਇਹਨੂੰ ਮੈਰੀਨੇਟ ਕਰਨਾ ਸਾਰਾ ਆਪਾਂ। ਨਹੀਂ ਇੰਨੇ ਠੀਕ ਆ, ਚ ਕਰ ਲਾ ਮੈਰੀਨੇਟ ਕੱਟ ਕੇ ਨਾ ਚੰਗੀ ਤਰ੍ਹਾਂ। ਹਾਂ, ਅਤੇ ਇੱਧਰ ਚੱਲਣ ਦੀ ਸਟਰਗਲ, ਹੌਲੀ ਕਰ ਹੌਲੀ। ਭਾਜੀ ਪਨੀਰ ਨਹੀਂ ਰੂੰ ਆ, ਰੂੰ ਆ ਦੇਖੋ, ਰੂੰ ਇਹ ਦੱਬਦਾ ਹੀ ਨਹੀਂ ਆ। ਮੈਨੂੰ ਲੱਗਦਾ ਵਾ ਜਿਵੇਂ ਇਹ ਕਰਦੇ ਪਏ ਹਾਂ ਆਪਾਂ ਹਨੇਰਾ ਹੋ ਜਾਣਾ ਵਾ, ਕਿਉਂਕਿ ਗੁਰਦੁਆਰੇ ਵੀ ਲਾਈਟ ਜਲ ਚੁੱਕੀ ਆ, ਅਤੇ ਇੱਧਰ ਹਜੇ ਪਨੀਰ ਹੀ ਮੈਰੀਨੇਟ ਹੋਣ ਦਿਆ। ਆਪਾਂ
ਤੁਹਾਡੀਆਂ ਬਣ ਕੇ ਰੈਡੀ ਆ, ਹੁਣ ਆਪਾਂ ਇਹਨੂੰ ਮਲਾਈ ਚ ਪਾ ਕੇ ਤੇ ਘੁਮਾਉਂਦੇ ਆ। ਪਨੀਰ ਲਾ ਦੇ ਪਹਿਲਾਂ, ਪਨੀਰ ਖਾਈਏ ਤੇ ਇੱਧਰ ਪਨੀਰ ਵੀ ਲੱਗਦਾ ਪਿਆ ਵਾ ਹੁਣ, ਜ਼ਿਆਦਾ ਨਾ ਪਾਈ, ਬੜੀ 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 ਹਲਾਉਣੀ ਹੈ ਨਾ ਇਹਨੂੰ, ਮਸਾਲਾ ਫੜ ਤੇ ਪਨੀਰ ਤੂੰ ਬਣਾ ਦੇ ਯਾਰ। ਹੁਣ ਸਾਡੀ ਕੌਫੀ ਬਣਦੀ ਪਈ ਆ ਲੇਟਰ। ਸ਼ਹੀਦਾਂ ਸਾਹਿਬ ਤੇ ਮੱਥਾ ਟੇਕ ਲਿਆ ਤੇ ਹੁਣ ਆਪਾਂ ਚੱਲੇ ਹਾਂ ਦਰਬਾਰ ਸਾਹਿਬ। ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਨਿਊ ਈਅਰ। ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਅਤੇ ਹੁਣ ਚੱਲੇ ਹਾਂ ਘਰ ਵੱਲ ਅਤੇ ਚਾਹ ਮਿਲ ਗਈ ਆ, ਚਾਹ ਪੀਂਦੇ ਪੀਂਦੇ ਜਾਣਦੇ ਹਾਂ। ਅਤੇ ਟਾਈਮ ਹੋ ਗਿਆ ਰਾਤ ਦੇ 1 ਅਤੇ ਟ੍ਰੈਫਿਕ ਵੇਖੋ ਸ਼ਹੀਦਾਂ ਲਾਗੇ ਕਿੰਨੀ ਹੋ ਗਈ ਆ। ਅਤੇ ਇਹ ਵਲੋਗ ਨੂੰ ਐਂਡ ਕਰਦੇ ਹਾਂ ਆਪਾਂ ਇੱਥੇ ਹੀ, ਆਪਾਂ ਮਿਲਦੇ ਹਾਂ ਕਿਸੇ ਅਗਲੇ ਵਲੋਗ 'ਚ ਜਾਂ ਵੀਡੀਓ 'ਚ।